ਪਹਿਲਾਂ ਦੁਕਾਨ 'ਚੋਂ ਖਰੀਦਿਆ ਸਮਾਨ, ਫਿਰ ਸਕੈਨ ਕਰਕੇ ਪੇਮੈਂਟ ਕਰਨ ਲਈ ਗਏ ਬਾਹਰ। ਦੁਕਾਨਦਾਰ ਰਹਿ ਗਿਆ ਉਡੀਕਦਾ, ਵਾਪਿਸ ਨਹੀਂ ਆਏ ਨੌਜਵਾਨ। ਲਗਾ ਗਏ ਹਜ਼ਾਰਾਂ ਦਾ ਚੂਨਾ। ਪਲੀਜ਼, ਮੈਂ ਤੁਹਾਨੂੰ ਮੂਵੀ ਤੁਹਾਨੂੰ ਮੈਂ ਸ਼ੇਅਰ ਕਰਾਂਗਾ ਸਾਰਿਆਂ ਨੂੰ। ਆ ਵੇਖੋ ਜੀ, ਚੰਗਾ ਚੰਗੇ ਭਲੇ ਜੱਟਾਂ ਦੇ ਮੁੰਡੇ ਜੇ ਆ। ਇਹ ਠੱਗੀ ਮਾਰਨ ਦਾ ਤਰੀਕਾ ਵੇਖੋ ਜੀ। 1480 ਰੁਪਇਆ ਮੇਰੇ ਕੋਲ ਸਮਾਨ ਲੈ ਗਏ ਆ, ਸਮਾਨ ਲੈਣ ਤੋਂ ਬਾਅਦ ਕਿਵੇਂ ਗੈਪ ਹੋਏ ਆ, ਔਰ ਇਹਨਾਂ ਨੇ ਕਿਵੇਂ ਚਲਾਕੀ ਨਾਲ ਮੇਰੇ ਨਾਲ ਠੱਗੀ ਮਾਰੀ। ਆ ਵੇਖੋ, ਪੱਗ ਸਿੱਧੀ ਕਰਦਾ ਪਿਆ। ਇਹ ਮੁੰਡੇ ਨੇ ਮੇਰੇ ਸਕੈਨ ਦੀ ਫੋਟੋ ਪਹਿਲਾਂ ਖਿੱਚੀ ਹੈ, ਔਰ ਫੋਟੋ ਖਿੱਚਣ ਤੋਂ ਬਾਅਦ ਇਹ ਬੰਦਿਆਂ ਨੇ ਮੇਰੇ ਨਾਲ ਕਿਵੇਂ ਠੱਗੀ ਮਾਰੀ ਜੇ। ਔਰ ਮੈਂ ਬੇਨਤੀ ਹੈ ਮੇਰੀ ਸਾਰੇ ਦੁਕਾਨਦਾਰ ਵੀਰਾਂ ਨੂੰ, ਇਹ ਪਿੱਛੋਂ ਵੀ ਕਿਸੇ ਦੁਕਾਨਦਾਰ ਨਾਲ ਠੱਗੀ ਮਾਰ ਕੇ ਆਏ ਆ, ਔਰ ਮੈਨੂੰ ਤਾਂ ਪਤਾ ਲੱਗ ਹੀ ਗਿਆ ਇਹਨਾਂ ਨੇ ਜੋ ਕੀਤਾ ਵਾ। ਪਰ ਕੋਈ ਗੱਲ ਨੀ, ਗੱਲ ਤੇ 1480 ਦੀ ਏ। ਇਹਨਾਂ ਦੇ ਮਾਂ ਪਿਓ ਇਹਨਾਂ ਨੂੰ ਵੇਖਣਗੇ ਔਰ ਦੱਸਣਗੇ ਕੀ ਕਰਤੂਤ ਇਹਨਾਂ ਨੇ ਕਰਕੇ ਆਏ ਸ਼ਹਿਰ। ਮੇਰੀ ਭਰਾਵਾ ਸਾਰਿਆਂ ਨੂੰ ਬੇਨਤੀ ਏ, ਮੈਂ ਤੁਹਾਨੂੰ ਸਾਰਿਆਂ ਨੂੰ ਮੂਵੀ ਸ਼ੇਅਰ ਕਰਾਂਗਾ ਜੀ। ਇਹ ਚਲੋ ਇਹ ਨੀ ਪਤਾ ਕਿਹੜੇ ਪਿੰਡ ਦੇ ਆ, ਕਿੱਥੇ ਦੇ ਹੈਗੇ ਆ, ਮੈਂ ਤੁਹਾਨੂੰ ਮੂਵੀ ਸ਼ੇਅਰ ਕਰਕੇ ਮੈਨੂੰ ਪਲੀਜ਼ ਇਹਨਾਂ ਬਾਰੇ ਸੰਪਰਕ ਕਰਕੇ ਮੈਨੂੰ ਦੱਸਿਆ ਜਾਵੇ ਇਹ ਮੁੰਡੇ ਕਿੱਥੇ ਦੇ ਗਏ ਜੇ। ਇਹ ਮੇਰੇ ਹਿਸਾਬ ਨਾਲ ਪੱਕੇ ਇਹ ਬਾਜ਼ਾਰ 'ਚ ਜੇ ਠੱਗੀਆਂ ਹੀ ਮਾਰਦੇ ਨੇ ਇਹ ਮੁੰਡਿਆਂ ਨੇ। ਦੋਵਾਂ ਨੇ ਨਵਾਂ ਤਰੀਕਾ, ਆਹ ਦੇਖੋ ਮੁੰਡੇ ਨੇ ਕੀ ਕੀਤਾ, ਇਹਦੇ ਹੱਥ 'ਚ ਮੋਬਾਈਲ ਜੇ, ਆਹ ਦੋਵੇਂ ਮੁੰਡੇ ਦੇਖੋ ਕੀ ਕਰਦੇ ਸੀ ਜੇ। ਤੁਸੀਂ ਪਲੀਜ਼ ਇਹ ਮੂਵੀ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਔਰ ਇਹਨਾਂ ਚੋਰਾਂ ਦੀ ਪਹਿਚਾਣ ਕਰੋ, ਔਰ ਦੋਵੇਂ ਹੀ ਇਹ ਬਹੁਤ ਤਗੜੇ ਚੋਰ ਜੇ, ਔਰ ਇਹਨਾਂ ਚੋਰਾਂ ਨੂੰ ਨੱਥ ਪਾਉਣ ਵਾਸਤੇ ਮੇਰੀ ਪਲੀਜ਼ ਹੈਲਪ ਕਰੋ। ਮੈਂ ਇਹਨਾਂ ਨੂੰ ਮੇਰੀ ਬੇਨਤੀ ਦੋਨੋਂ ਇੱਕ ਬੇਨਤੀ ਸਾਰਿਆਂ ਦਾ ਹੱਥ ਜੋੜ ਕੇ ਆਹੀ ਜੇ, ਤੁਸੀਂ ਇਹ ਬੰਦਿਆਂ ਨੂੰ ਇੱਕ ਵਾਰੀ ਕੋਸ਼ਿਸ਼ ਕਰੋ ਲੱਭਣ ਦੀ, ਲੱਭਣ ਨੂੰ ਤੇ ਸਾਰੀ ਦੁਨੀਆ ਲੱਭ ਜਾ। ਪਹਿਲਾਂ ਦੁਕਾਨ 'ਚੋਂ ਖਰੀਦਿਆ ਸਮਾਨ, ਫਿਰ ਸਕੈਨ ਕਰਕੇ ਪੇਮੈਂਟ ਕਰਨ ਲਈ ਗਏ ਬਾਹਰ। ਦੁਕਾਨਦਾਰ ਰਹਿ ਗਿਆ ਉਡੀਕਦਾ, ਵਾਪਿਸ ਨਹੀਂ ਆਏ ਨੌਜਵਾਨ। ਲਗਾ ਗਏ ਹਜ਼ਾਰਾਂ ਦਾ ਚੂਨਾ। ਪਲੀਜ਼, ਮੈਂ ਤੁਹਾਨੂੰ ਮੂਵੀ ਤੁਹਾਨੂੰ ਮੈਂ ਸ਼ੇਅਰ ਕਰਾਂਗਾ ਸਾਰਿਆਂ ਨੂੰ। ਆ ਵੇਖੋ ਜੀ, ਚੰਗਾ ਚੰਗੇ ਭਲੇ ਜੱਟਾਂ ਦੇ ਮੁੰਡੇ ਜੇ ਆ। ਇਹ ਠੱਗੀ ਮਾਰਨ ਦਾ ਤਰੀਕਾ ਵੇਖੋ ਜੀ। 1480 ਰੁਪਇਆ ਮੇਰੇ ਕੋਲ ਸਮਾਨ ਲੈ ਗਏ ਆ, ਸਮਾਨ ਲੈਣ ਤੋਂ ਬਾਅਦ ਕਿਵੇਂ ਗੈਪ ਹੋਏ ਆ, ਔਰ ਇਹਨਾਂ ਨੇ ਕਿਵੇਂ ਚਲਾਕੀ ਨਾਲ ਮੇਰੇ ਨਾਲ ਠੱਗੀ ਮਾਰੀ। ਆ ਵੇਖੋ, ਪੱਗ ਸਿੱਧੀ ਕਰਦਾ ਪਿਆ। ਇਹ ਮੁੰਡੇ ਨੇ ਮੇਰੇ ਸਕੈਨ ਦੀ ਫੋਟੋ ਪਹਿਲਾਂ ਖਿੱਚੀ ਹੈ, ਔਰ ਫੋਟੋ ਖਿੱਚਣ ਤੋਂ ਬਾਅਦ ਇਹ ਬੰਦਿਆਂ ਨੇ ਮੇਰੇ ਨਾਲ ਕਿਵੇਂ ਠੱਗੀ ਮਾਰੀ ਜੇ। ਔਰ ਮੈਂ ਬੇਨਤੀ ਹੈ ਮੇਰੀ ਸਾਰੇ ਦੁਕਾਨਦਾਰ ਵੀਰਾਂ ਨੂੰ, ਇਹ ਪਿੱਛੋਂ ਵੀ ਕਿਸੇ ਦੁਕਾਨਦਾਰ ਨਾਲ ਠੱਗੀ ਮਾਰ ਕੇ ਆਏ ਆ, ਔਰ ਮੈਨੂੰ ਤਾਂ ਪਤਾ ਲੱਗ ਹੀ ਗਿਆ ਇਹਨਾਂ ਨੇ ਜੋ ਕੀਤਾ ਵਾ। ਪਰ ਕੋਈ ਗੱਲ ਨੀ, ਗੱਲ ਤੇ 1480 ਦੀ ਏ। ਇਹਨਾਂ ਦੇ ਮਾਂ ਪਿਓ ਇਹਨਾਂ ਨੂੰ ਵੇਖਣਗੇ ਔਰ ਦੱਸਣਗੇ ਕੀ ਕਰਤੂਤ ਇਹਨਾਂ ਨੇ ਕਰਕੇ ਆਏ ਸ਼ਹਿਰ। ਮੇਰੀ ਭਰਾਵਾ ਸਾਰਿਆਂ ਨੂੰ ਬੇਨਤੀ ਏ, ਮੈਂ ਤੁਹਾਨੂੰ ਸਾਰਿਆਂ ਨੂੰ ਮੂਵੀ ਸ਼ੇਅਰ ਕਰਾਂਗਾ ਜੀ। ਇਹ ਚਲੋ ਇਹ ਨੀ ਪਤਾ ਕਿਹੜੇ ਪਿੰਡ ਦੇ ਆ, ਕਿੱਥੇ ਦੇ ਹੈਗੇ ਆ, ਮੈਂ ਤੁਹਾਨੂੰ ਮੂਵੀ ਸ਼ੇਅਰ ਕਰਕੇ ਮੈਨੂੰ ਪਲੀਜ਼ ਇਹਨਾਂ ਬਾਰੇ ਸੰਪਰਕ ਕਰਕੇ ਮੈਨੂੰ ਦੱਸਿਆ ਜਾਵੇ ਇਹ ਮੁੰਡੇ ਕਿੱਥੇ ਦੇ ਗਏ ਜੇ। ਇਹ ਮੇਰੇ ਹਿਸਾਬ ਨਾਲ ਪੱਕੇ ਇਹ ਬਾਜ਼ਾਰ 'ਚ ਜੇ ਠੱਗੀਆਂ ਹੀ ਮਾਰਦੇ ਨੇ ਇਹ ਮੁੰਡਿਆਂ ਨੇ। ਦੋਵਾਂ ਨੇ ਨਵਾਂ ਤਰੀਕਾ, ਆਹ ਦੇਖੋ ਮੁੰਡੇ ਨੇ ਕੀ ਕੀਤਾ, ਇਹਦੇ ਹੱਥ 'ਚ ਮੋਬਾਈਲ ਜੇ, ਆਹ ਦੋਵੇਂ ਮੁੰਡੇ ਦੇਖੋ ਕੀ ਕਰਦੇ ਸੀ ਜੇ। ਤੁਸੀਂ ਪਲੀਜ਼ ਇਹ ਮੂਵੀ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਔਰ ਇਹਨਾਂ ਚੋਰਾਂ ਦੀ ਪਹਿਚਾਣ ਕਰੋ, ਔਰ ਦੋਵੇਂ ਹੀ ਇਹ ਬਹੁਤ ਤਗੜੇ ਚੋਰ ਜੇ, ਔਰ ਇਹਨਾਂ ਚੋਰਾਂ ਨੂੰ ਨੱਥ ਪਾਉਣ ਵਾਸਤੇ ਮੇਰੀ ਪਲੀਜ਼ ਹੈਲਪ ਕਰੋ। ਮੈਂ ਇਹਨਾਂ ਨੂੰ ਮੇਰੀ ਬੇਨਤੀ ਦੋਨੋਂ ਇੱਕ ਬੇਨਤੀ ਸਾਰਿਆਂ ਦਾ ਹੱਥ ਜੋੜ ਕੇ ਆਹੀ ਜੇ, ਤੁਸੀਂ ਇਹ ਬੰਦਿਆਂ ਨੂੰ ਇੱਕ ਵਾਰੀ ਕੋਸ਼ਿਸ਼ ਕਰੋ ਲੱਭਣ ਦੀ, ਲੱਭਣ ਨੂੰ ਤੇ ਸਾਰੀ ਦੁਨੀਆ ਲੱਭ